10 ਮਹੀਨਿਆਂ ਨੂੰ ਜਲੰਧਰ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ 30 ਸਾਲ ਬਾਅਦ ਇਹ ਜਿਮਨੀ ਚੋਣ ਹੋ ਰਹੀ ਹੈ ਕਿਉਂਕਿ 1993 ਦੇ ਵਿੱਚ ਕਾਂਗਰਸ ਦੇ ਜਿਹੜੇ ਲੋਕ ਸਭਾ ਮੈਂਬਰ ਸੀ ਯਸ਼ ਇਹਨਾਂ ਦੀ ਮੌਤ ਹੋ ਗਈ ਸੀ ਅਚਨਚੇਤ ਮੌਤ ਹੋਣ ਦੇ ਕਾਰਨ ਸੀਟੇ ਖਾਲੀ ਹੋਈ ਸੀ ਜਿਸ ਤੋਂ ਬਾਅਦ ਫਿਰ ਕਾਂਗਰਸ ਨੇ ਇਹ ਸੀਟ ਜਿੱਤੀ ਸੀ 1993 ਦੇ ਵਿੱਚ ਜਦੋਂ ਬਾਈ ਇਲੈਕਸ਼ਨ ਹੋਏ ਸੀ ਤਾਂ ਕਾਂਗਰਸ ਦੀ ਟਿਕਟ ਤੇ ਉੱਪਰ ਉਮਰ ਰਾਓ ਸਿੰਘ ਨੇ ਜ਼ਿਮਨੀ ਚੋਣ ਲੜੀ ਸੀ 1993 ਵਿੱਚ ਤਾਂ ਫਿਰ ਉਹ ਜਿਹੜੇ ਹੈ ਉਹ ਚੁਣੇ ਗਏ ਸੀ ਤਾਂ ਉਹਨਾਂ ਨੇ ਕੁਲਦੀਪ ਸਿੰਘ ਵਡਾਲਾ ਨੂੰ ਹਰਾ ਕੇ ਇਹ ਚੋਣ ਜਿੱਤੀ ਸੀ ਤਾਂ ਹੁਣ 10 ਮਈ ਨੂੰ 30 ਸਾਲਾਂ ਬਾਅਦ ਦੁਬਾਰਾ ਜ਼ਿਮਨੀ ਚੋਣ ਹੋ ਰਹੀ ਹੈ ਮਰਹੂਮ ਸੰਤੋਖ ਸਿੰਘ ਚੌਧਰੀ ਦੇ ਕਾਰਨ ਉਹਨਾਂ ਦੀ ਮੌਤ ਹੋਣ ਦੇ ਕਿਉਂ ਇਸ ਸੀਟ ਖਾਲੀ ਹੋਈ ਸੀ ਜੇਕਰ ਦੇਖਿਆ ਜਾਵੇ ਤਾਂ ਲੋਕ ਸਭਾ ਦੀ ਜਿਹੜੀ ਜਲੰਧਰ ਸੀਟ ਹੈਗੀ ਆਜ਼ਾਦੀ ਤੋਂ ਬਾਅਦ ਹੀ ਹੋਂਦ ਵਿੱਚ ਆਈ ਹੈ ਔਰ 1952 ਦੇ ਵਿੱਚ ਸਭ ਤੋਂ ਪਹਿਲਾਂ ਇੱਥੋਂ ਕਾਂਗਰਸ ਦੇ ਉਮੀਦਵਾਰ ਅਮਰਨਾਥ ਪਹਿਲੇ ਲੋਕ ਸਭਾ ਦੇ ਮੈਂਬਰ ਚੁਣੇ ਗਏ ਸੀ ਫਿਰ ਹੌਲੀ-ਹੌਲੀ ਜ਼ਿਆਦਾਤਰ ਇੱਥੇ ਕਾਂਗਰਸ ਨੇ ਆਪਣੀ ਜਿਹੜੀ ਹੈ ਉਹ ਸੀਟ ਜਿੱਤੀ ਹੈ ਮੈਂ ਹੁਣ 2019 ਤੋਂ ਲੈ ਕੇ ਪਿਛਲੀਆਂ 2009 ਹੋ ਗਿਆ 2014 ਹੋ ਗਿਆ ਜਾਂ 1998 ਤੱਕ ਦੀਆਂ ਸਾਰੀਆਂ ਡਿਟੇਲ ਕੱਢੀ ਹੋਈ ਹੈ ਖਾਸ ਰਿਪੋਰਟ ਤਿਆਰ ਕੀਤੀ ਹੈ ਕਿ ਕੌਣ-ਕੌਣ ਸੀਟ ਕਿਵੇਂ ਜਿੱਤਿਆ ਸੀ ਕਿੰਨੇ ਵੋਟਾਂ ਦੇ ਨਾਲ ਜਿੱਤਿਆ ਜਾਂ ਫਿਰ ਕਿਹੜੀ ਪਾਰਟੀ ਨੂੰ ਕਿੰਨੇ ਫੀਸਦ ਵੋਟ ਮਿਲੇ ਸੀ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ 2019 ਜਲੰਧਰ ਲੋਕ ਸਭਾ ਦੀ ਕਾਂਗਰਸ ਪਾਰਟੀ ਦੇ ਸੰਤੋਖ ਸਿੰਘ ਚੌਧਰੀ 385712 ਵੋਟਾਂ ਦੇ ਨਾਲ ਜਿੱਤਦੇ ਆ ਇਹਨਾਂ ਦਾ ਵੋਟ ਫੀਸਦ 38% ਰਹਿੰਦਾ ਫਿਰ ਅਕਾਲੀ ਦਲ ਦੂਸਰੇ ਨੰਬਰ ਤੇ ਚਰਨਜੀਤ ਸਿੰਘ ਅਟਵਾਲ ਉਮੀਦਵਾਰ ਸੀ ਜਿਨ੍ਹਾਂ ਨੂੰ 366881 ਵੋਟਾਂ ਆਈਆਂ ਤੇ ਇਹਨਾਂ ਦਾ ਵੋਟ ਫੀਸਦ 36% ਰਿਹਾ ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਨੂੰ 24783 ਵੋਟਾਂ ਮਿਲੀਆਂ ਤਾਂ ਇਹਨਾਂ ਦਾ ਵੋਟ ਸ਼ੇਅਰ ਸੀ 20% ਆਮ ਆਦਮੀ ਪਾਰਟੀ ਨੇ ਰਿਟਾਇਰ ਜਸਟਿਸ ਜੋਰਾ ਸਿੰਘ ਨੂੰ ਉਮੀਦਵਾਰ ਬਣਾਇਆ ਸੀ ਇਹਨਾਂ ਦੇ ਹਿੱਸੇ 25467 ਵੋਟਾਂ ਆਈਆਂ ਤਾਂ ਜੇਕਰ ਇਹਨਾਂ ਦਾ ਪਰਸੈਂਟੇਜ ਕੱਢੀ ਜਾਵੇ ਤਾਂ 2.5 ਫੀਸਦੀ ਆਮ ਆਦਮੀ ਪਾਰਟੀ ਨੂੰ ਵੋਟਾਂ ਮਿਲੀਆਂ ਤਾਂ ਹੁਣ ਅੱਗੇ ਵਧਦੇ ਹਾਂ 2014 ਜਲੰਧਰ ਲੋਕ ਸਭਾ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ 380479 ਵੋਟਾਂ ਦੇ ਨਾਲ ਜਿੱਤਦੇ ਐ ਇਹਨਾਂ ਦਾ ਵੋਟ ਸ਼ੇਅਰ 36.56% ਰਹਿੰਦਾ ਹੈ ਅਕਾਲੀ ਦਲ ਪਵਨ ਕੁਮਾਰ ਟਿੰਨ ਇਨਾਂ ਨੂੰ 39498 ਵੋਟਾਂ ਮਿਲਦੀਆਂ ਨੇ ਇਹਨਾਂ ਦਾ ਵੋਟ ਪਰਸੈਂਟੇਜ 29.74% ਜਿਹੜਾ ਰਹਿੰਦਾ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਜੋਤੀਮਾਨ ਨੂੰ 254121 ਵੋਟਾਂ ਮਿਲੀਆਂ ਇਹਨਾਂ ਦਾ ਵੋਟ ਸ਼ੇਅਰ 24.42% ਰਹਿੰਦਾ ਹੈ ਬਹੁਜਨ ਸਮਾਜ ਪਾਰਟੀ ਦੇ ਸੁਖਵਿੰਦਰ ਸਿੰਘ ਕੋਟਲੀ ਇਹਨਾਂ ਨੂੰ 446914 ਵੋਟਾਂ ਮਿਲਦੀਆਂ ਇਹਨਾਂ ਦਾ ਵੋਟ ਸ਼ੇਅਰ 4.51% ਰਹਿੰਦਾ ਹੈ 2009 ਜਲੰਧਰ ਲੋਕ ਸਭਾ ਕਾਂਗਰਸ ਜਿੱਤੀ ਹੈ ਕਾਂਗਰਸ ਦੇ ਮਹਿੰਦਰ ਸਿੰਘ ਕੇਪੀ ਨੂੰ 4 ਲੱਖ 8103 ਵੋਟ ਮਿਲੀ ਹੈ ਹੁਣ ਤੱਕ ਦਾ ਸਭ ਤੋਂ ਵੱਧ ਵੋਟ ਸ਼ੇਅਰ ਰਿਆ ਕੋਟਲੀ ਮਹਿੰਦਰ ਸਿੰਘ ਕੇਪੀ ਦਾ 45.37% ਅਕਾਲੀ ਦਲ ਵੱਲੋਂ ਹੰਸਰਾਜ ਹੰਸ ਨੇ ਚੋਣ ਲੜੀ ਸੀ ਇਹਨਾਂ ਨੂੰ ਵੋਟਾਂ 371658 ਮਿਲੀਆਂ ਵੋਟ ਸ਼ੇਅਰ ਇਹਨਾਂ ਦਾ 41.29% ਰੰਦਾ ਹੈ ਭੋਜਨ ਸਮਾਜ ਪਾਰਟੀ ਵੱਲੋਂ ਸੁਰਜੀਤ ਸਿੰਘ ਨੇ ਕਰਨ ਨੇ 1592 ਵੋਟਾਂ ਹਾਸਲ ਕੀਤੀਆਂ ਸੀ ਇਹਨਾਂ ਦਾ ਵੋਟ ਸ਼ੇਅਰ 10.40 ਫੀਸਰ ਰੰਦਾ ਹੈ 1998 ਜਲੰਧਰ ਲੋਕ ਸਭਾ ਇੱਥੇ ਸਮਿਕਰਣ ਥੋੜੇ ਬਦਲ ਜਾਂਦੇ ਨੇ ਜਨਤਾ ਦਲ ਇੰਦਰ ਕੁਮਾਰ ਗੁਜਰਾਲ ਜੋ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਆ ਇਹ ਚੋਣ ਜਿੱਤ ਜਾਂਦੇ ਨੇ ਇਹਨਾਂ ਨੂੰ 380785 ਵੋਟਾਂ ਮਿਲਦੀਆਂ ਨੇ ਕਾਂਗਰਸ ਦੇ ਉਮਰਾਓ ਸਿੰਘ ਇਨਾਂ ਨੂੰ ਵੋਟਾਂ 249767 ਮਿਲਦੀਆਂ ਨੇ ਬਹੁਜਨ ਸਮਾਜ ਪਾਰਟੀ ਬਲਦੇਵ ਸਿੰਘ ਇਨਾਂ ਨੂੰ 5693 ਵੋਟਾਂ ਮਿਲਦੀਆਂ ਨੇ ਤਾਂ ਇਸ ਸਮਕਰਨ ਸੀ 1998 ਤੱਕ ਦਾ 2019 ਤੋਂ ਲੈ ਕੇ ਤਾਂ ਇਸ ਦੇ ਵਿੱਚ ਜ਼ਿਆਦਾਤਰ ਸਮਕਰਨ ਤੁਸੀਂ ਦੇਖਿਆ ਹੋਵੇਗਾ ਕਿ ਕਾਂਗਰਸ ਨੇ ਹੀ ਜਿੱਤੀ ਹੈ ਔਰ ਆਉਣ ਵਾਲੀ ਜਿਹੜੀ 10 ਮਈ ਨੂੰ ਚੋਣਾਂ ਹੋਣੀਆਂ ਨੇ ਇਸ ਦੇ ਨਤੀਜੇ ਵੀ ਅਸੀਂ ਆਪਣੇ ਚੈਨਲ ਦੇ ਉੱਪਰ ਤੁਹਾਨੂੰ ਲਾਈਵ ਦਿਖਾਵਾਂਗੇ ਨਾਲ ਦੀ ਨਾਲ VOTING ਪ੍ਰਕਿਰਿਆ ਕਿਵੇਂ ਹੋ ਰਹੀ ਹੈ ਇਹ ਵੀ ਅਸੀਂ ਤੁਹਾਨੂੰ ਲਾਈਵ ਦਿਖਾਵਾਂਗੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਦਾ ਖਾਲਸ TV